ਕਰਵਾ ਚੌਥ ਦਾ ਤਿਉਹਾਰ ਪੰਜਾਬ ਕੇਸਰੀ ਦਿੱਲੀ ਸਮੂਹ ਵੱਲੋਂ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਯੋਜਿਤ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਜੇਪੀ ਨੱਡਾ ਦੀ ਧਰਮ ਪਤਨੀ ਮਲਿਕਾ ਨੱਡਾ, ਸੀਨੀਅਰ ਨਾਗਰਿਕ ਕਲੱਬ ਪੰਜਾਬ ਕੇਸਰੀ ਦੀ ਚੇਅਰਪਰਸਨ ਕਿਰਨ ਚੋਪੜਾ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕਰਦੇ ਹੋਏ ਵਿਧਵਿਤ ਪੂਜਾ ਅਰਚਨਾ ਕੀਤੀ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਹਨਾਂ ਸਾਰੇ ਮੈਂਬਰਾਂ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਦਿਨ ਸੁਹਾਗਣਾ ਲਈ ਬੜਾ ਹੀ ਮਹੱਤਵ ਰੱਖਦਾ ਹੈ ਅਤੇ ਹਰ ਵਾਰ ਇਸ ਵਰਤ ਨੂੰ ਲੈ ਕੇ ਮਹਿਲਾਵਾਂ 'ਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਹ ਇੱਕ ਸਪੈਸ਼ਲ ਡੇ ਬਣਾ ਹੋਇਆ ਹੈ ਸਭੀ ਪਤੀਓਂ ਕੋ ਬਤਾਨੇ ਕੇ ਲੀਏ ਕਿ ਹਮ ਆਪਕੇ ਲੀਏ ਪੂਜਾ ਕਰ ਰਹੀ ਹੈ, ਆਪਕੇ ਲੀਏ ਸਜ ਸਵਰ ਰਹੀ ਹੈ। ਇੱਕ ਲਾਡ ਪਿਆਰ ਕਾ ਵੀ ਦਿਨ ਹੈ, ਸਾਸ ਬਹੂ ਕੋ ਲਾਡ ਪਿਆਰ ਕਰਤੀ ਹੈ, ਪਤਨੀ ਪਤੀ ਕੋ ਕਰਤੀ ਹੈ। ਇਸੇ ਬਹੁਤ ਅੱਛੀ ਫੀਲਿੰਗਸ ਆਤੀ ਹੈ ਕਿ ਆਪਕੀ ਪਤੀ ਕੇਅਰ ਕਰ ਰਹਾ ਹੈ, ਆਪਕੀ ਸਾਸ ਆਪਕੇ ਲੀਏ ਕੇਅਰ ਕਰ ਰਹੀ ਹੈ। ਤੋ ਇਹ ਭਾਰਤੀ ਸੰਸਕ੍ਰਿਤੀ ਕਾ ਇੱਕ ਬਹੁਤ ਹੀ ਬੜਾ ਪ੍ਰਤੀਕ ਹੈ ਕਿ ਹਮੇਸ਼ਾ ਭਾਰਤੀ ਨਾਰੀ ਪਤੀ ਕੇ ਲੀਏ ਜੀਤੀ ਹੈ, ਪਤੀ ਕੇ ਲੀਏ ਮਰਤੀ ਹੈ, ਪਤੀ ਕੇ ਲੀਏ ਹੀ ਸਭ ਕਾਮ ਕਰਤੀ ਹੈ, ਇਹ ਉਸਕਾ ਪ੍ਰਤੀਕ ਹੈ। ਬਹੁਤ ਸ਼ੁਭਕਾਮਨਾਏ ਦੇਤੀ ਹੂੰ ਮੈਂ। ਮਹਿਲਾਏ ਜੋ ਇਹ ਤਪੱਸਿਆ ਕਰਤੀ ਹੈ, ਇਨਕੇ ਜੀਵਨ ਮੈਂ ਬਹੁਤ ਖੁਸ਼ੀਆਂ ਲਾਏ ਔਰ ਇਹ ਆਪਣੇ ਪਰਿਵਾਰ ਔਰ ਆਪਣੇ ਪਤੀ ਔਰ ਆਪਣੇ ਸਮਾਜ ਕੀ ਉੱਨਤੀ ਕੇ ਲੀਏ ਜੋ ਇਹ ਵਰਤ ਰੱਖਤੀ ਹੈ, ਇਸ ਵਰਤ ਮੈਂ ਇਹ ਮਹਿਲਾਏ ਸਫਲ ਹੋਂ ਔਰ ਇਨਕੇ ਜੀਵਨ ਮੈਂ ਬਹੁਤ ਖੁਸ਼ੀ ਆਏ, ਇਸੀ ਸ਼ੁਭਕਾਮਨਾਓਂ ਕੋ ਦੇਨੇ ਕੇ ਲੀਏ ਅੱਜ ਮੈਂ ਯਹਾਂ ਉਪਸਥਿਤ ਹੂੰ। ਔਰ ਆਸ ਫਾਊਂਡੇਸ਼ਨ ਔਰ ਰੇਖਾ ਕਾ ਬਹੁਤ ਆਭਾਰ ਵਿਅਕਤ ਕਰਤੀ ਹੂੰ ਜਿਨ੍ਹਾਂ ਹਮੇ ਯਹਾਂ ਅਵਸਰ ਦਿਆ ਆਨੇ ਕਾ ਔਰ ਸਭ ਲੋਗੋਂ ਸੇ ਮਿਲਨੇ ਕਾ। ਇਸ ਅਵਸਰ ਤੇ ਪੰਜਾਬ ਕੇਸਰੀ ਦਿੱਲੀ ਸਮੂਹ ਦੇ ਕਈ ਹੋਰ ਮੈਂਬਰ ਵੀ ਮੌਜੂਦ ਰਹੇ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।